ਜਿਵੇਂ ਕਿ ਕੇਂਦਰ ਸਰਕਾਰ ਦੇ ਵੱਲੋਂ 3 ਬਿੱਲ ਪਾਸ ਕੀਤੇ ਗਏ ਨੇ ਕਿਸਾਨ ਵਿਰੋਧੀ ਦੱਸੇ ਜਾ ਰਹੇ ਹਨ। ਕਿਸਾਨ ਦਿੱਲੀ ਦੇ ਬਾਰਡਰਾਂ ਨੂੰ ਰੋਕੀ ਬੈਠੇ ਨੇ, ਉੱਥੇ ਕਿਸਾਨ ਜਥੇਬੰਦੀਆਂ ਨੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਉੱਥੇ ਪੈਲ ਦੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਵੀ ਪੈਲ ਦੇ ਮੇਨ ਚੌਂਕ ਦੇ ਵਿੱਚ ਇਲਾਕੇ ਦੇ ਕਿਸਾਨਾਂ ਨੂੰ ਅਤੇ ਹੋਰ ਹਰ ਇੱਕ ਵਰਗ ਨੂੰ ਨਾਲ ਲੈ ਕੇ ਧਰਨਾ ਦਿੱਤਾ ਗਿਆ। ਗੱਲਬਾਤ ਕਰਾਂਗੇ ਲਖਵੀਰ ਸਿੰਘ ਲੱਖਾ ਨਾਲ, ਇਹਨਾਂ ਨੇ ਹੋਰ ਵੱਡੇ ਵੀ ਅੱਜ ਆਪਣੇ ਸਪੀਚ ਦੇ ਵਿੱਚ ਐਲਾਨ ਕੀਤੇ ਨੇ। ਲਖਵੀਰ ਸਿੰਘ ਜੀ, ਅੱਜ ਜਿਹੜਾ ਧਰਨਾ ਦਿੱਤਾ, ਕੀ ਕੇਂਦਰ ਸਰਕਾਰ ਇਹਨਾਂ ਦੇ ਝੁੱਕ ਮੰਨਜੂ ਕਿਸਾਨਾਂ ਪ੍ਰਤੀ ਕਿ ਨਹੀਂ? ਅਜੇ ਅਸੀਂ ਵੀ ਅੱਜ ਆਪਣੇ ਹਲਕੇ ਪੈਲ ਅੰਦਰ ਦਰਾਹੇ 'ਚ ਵੀ ਸਾਡੇ ਬੰਦਿਆਂ ਨੇ ਅਤੇ ਇੱਥੇ ਵੀ ਅਸੀਂ ਧਰਨਾ ਲਾਇਆ ਤਾਂ ਕਿ ਉਹਨਾਂ ਨੂੰ ਸਮਰਥਨ ਅਤੇ ਉਹਨਾਂ ਦੇ ਹੌਸਲੇ ਵੱਧ ਸਕਣ। ਜਿਵੇਂ ਕਿ ਅੱਜ ਇਲਾਕੇ ਦੇ ਕਿਸਾਨ ਨੇ, ਇੱਕ ਆਪਣੇ ਹਲਕੇ ਪੈਲ ਦਾ ਇੱਕ ਨੌਜਵਾਨ ਦੀ ਦਿੱਲੀ ਤੋਂ ਧਰਨਾ ਪ੍ਰਦਰਸ਼ਨ ਤੋਂ ਆਉਂਦੇ ਹੋਏ ਮੌਤ ਵੀ ਹੋ ਚੁੱਕੀ ਆ, ਉਹਨਾਂ ਲਈ ਵੀ ਤੁਸੀਂ ਕੁਝ ਐਲਾਨ ਕੀਤੇ ਨੇ, ਉਹਨਾਂ ਲਈ 2 ਮਿੰਟ ਦਾ ਮੌਨ ਵੀ ਰੱਖਿਆ ਹੈਗਾ, ਉਹਨਾਂ ਨੂੰ ਕੋਈ ਗਵਰਨਮੈਂਟ ਵੱਲੋਂ ਜਾਂ ਤੁਹਾਡੇ ਵੱਲੋਂ ਕੋਈ ਮਾਲੀ ਮਦਦ ਦਾ ਐਲਾਨ ਕੀਤਾ ਗਿਆ? ਜਿਹੜਾ ਸਾਡਾ ਨੌਜਵਾਨ ਬਲਜਿੰਦਰ ਸਿੰਘ ਕਿਸਾਨੀ ਸੰਘਰਸ਼ 'ਚੋਂ ਮੁੜਦਾ ਹੋਇਆ ਪਿੱਪਲੀ ਕੋਲ ਐਕਸੀਡੈਂਟ ਨਾਲ ਸ਼ਹੀਦ ਹੋਇਆ, ਉਹਦੇ ਲਈ ਅਸੀਂ ਪਾਰਟੀ ਵੱਲੋਂ 1 ਲੱਖ ਰੁਪਈਆ ਭੇਜਾਂਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੈਂ ਲਿਖ ਕੇ ਭੇਜਤਾ, ਉਹ ਵੀ ਆਪਣੇ ਅਖਤਿਆਰੀ ਕੋਟੇ 'ਚੋਂ ਵੱਧ ਤੋਂ ਵੱਧ ਮਦਦ ਕਰਦੇ। ਜੇਕਰ ਗੱਲ ਕਰੀਏ, ਤੁਸੀਂ ਹੁਣ ਇੱਕ ਐਲਾਨ ਕੀਤਾ ਹੈਗਾ ਵੀ ਜੇਕਰ ਮੇਰੇ ਇਲਾਕੇ ਦੇ ਕਿਸਾਨ ਜਥੇਬੰਦੀਆਂ ਜਾਂ ਕੋਈ ਵੀ ਵਰਗ ਮੇਰੇ ਵੋਟਰ ਨੇ, ਜਿਹੜੇ ਸਪੋਰਟਰ ਨੇ ਜਾਂ ਕੋਈ ਵੀ ਇਲਾਕੇ ਦੇ ਲੋਕ ਨੇ, ਜੇ ਮੈਨੂੰ ਕਹਿਣਗੇ ਤਾਂ ਮੈਂ ਰਿਜ਼ਾਇਨ ਆਪਣੀ ਜੇਬ ਦੇ ਵਿੱਚ ਉਸ ਟਾਈਮ ਦੇ ਦਿਆਂਗਾ, ਕੀ ਉਹ ਸਿਰਫ ਗੱਲਾਂ ਬਾਤਾਂ ਤੱਕ ਰਹੂ ਜਾਂ ਕੋਈ ਇਹਨੂੰ ਪੂਰਾ ਅਮਲ ਵੀ ਕਰੇਂਗੇ ਜੇਕਰ ਹੁੰਦੀ? ਬਿਲਕੁਲ, ਕੈਪਟਨ ਅਮਰਿੰਦਰ ਸਿੰਘ ਜੀ ਨੇ ਵਿਧਾਨ ਸਭਾ 'ਚ ਕਿਹਾ ਸੀ ਸਾਡੀ ਸਰਕਾਰ ਟੁੱਟਣੀ ਪਵੇ ਤਾਂ ਅਸਤੀਫੇ ਦੇਣੇ ਪਏ, ਦੇਵਾਂਗੇ। ਮੈਂ ਵੀ ਉਹਨਾਂ ਦੀ ਗੱਲ ਨੂੰ ਤਾਇਦ ਕਰਦਾ ਹੋਇਆ ਕਹਿਣਾ, ਇਲਾਕੇ ਦੇ ਕਿਸਾਨ ਮਜ਼ਦੂਰ ਜਿਨ੍ਹਾਂ ਨੇ ਮੈਨੂੰ ਬਣਾਇਆ, ਜੋ ਚਾਹੁਣਗੇ ਜਦ ਮਰਜ਼ੀ ਕਹਿਣ ਮੈਂ ਅਸਤੀਫਾ ਦੇਣ ਉੱਤੇ ਕਿਸਾਨੀ ਸੰਘਰਸ਼ ਨੂੰ ਲੈ ਕੇ। ਜੇਕਰ ਕਿਸਾਨਾਂ ਦੀ ਗੱਲ ਕਰੀਏ, ਹਲਕੇ ਪੈਲ ਦੇ ਵਿੱਚੋਂ ਕਿੰਨੇ ਕਿਸਾਨ ਜਾ ਚੁੱਕੇ ਨੇ ਦਿੱਲੀ ਦੇ ਵਿੱਚ ਜਾਂ ਵੱਖ ਵੱਖ ਹੋਰ ਕਿੱਥੇ ਕਿੱਥੇ, ਤੁਹਾਡੀ ਨੁਮਾਇੰਦਗੀ ਹੇਠ ਕਿੰਨੇ ਕੁ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਜ? ਅੱਜ ਕਿਸਾਨਾਂ ਦੇ ਸੰਘਰਸ਼ ਵਿੱਚ ਸਾਡੇ ਹਲਕੇ 'ਚੋਂ ਤਕਰੀਬਨ ਰੋਜ਼ ਪਿੰਡਾਂ 'ਚੋਂ ਟਰਾਲੀਆਂ ਜਾ ਰਹੀਆਂ ਨੇ, ਜੋ ਕਿ ਬੜੀ ਵਧੀਆ ਗੱਲ ਆ ਸਾਡੇ ਨੌਜਵਾਨਾਂ, ਸਾਡੇ ਕਿਸਾਨਾਂ, ਸਾਡੇ ਮਜ਼ਦੂਰਾਂ 'ਚ ਹੌਸਲਾ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ। ਅਤੇ ਅਸੀਂ ਆਪ ਵੀ ਆਪਣੇ ਇਲਾਕੇ ਦੇ ਸਰਪੰਚਾਂ ਸਰਪੰਚਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਇਸ ਸੰਘਰਸ਼ ਯੋਗਦਾਨ ਪਾਇਆ ਜਾਵੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ ਅਸਾਂ ਲਖਵੀਰ ਸਿੰਘ ਲੱਖਾ ਹਲਕਾ ਵਿਧਾਇਕ ਪੈਲ, ਜਿਨ੍ਹਾਂ ਨੇ ਅੱਜ ਪੈਲ ਦੇ ਮੇਨ ਚੌਂਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਅਤੇ ਸ਼ਹੀਦ ਹੋਏ ਨੌਜਵਾਨ ਨੂੰ, ਜਿਹੜਾ ਸੜਕ ਹਾਦਸੇ ਦੌਰਾਨ ਕਿਸਾਨੀ ਮੋਰਚੇ ਤੋਂ ਵਾਪਸ ਆ ਰਿਹਾ ਸੀ, ਮੌਤ ਹੋ ਗਈ ਸੀ, ਉਹਨਾਂ ਨੂੰ ਆਪਣੀ ਜਿਹੜੀ ਹੈਗੀ ਮਦਦ ਦੇਣ ਦਾ ਐਲਾਨ ਵੀ ਕੀਤਾ ਹੈਗਾ। ਅਤੇ ਇਹਨਾਂ ਨੇ ਕਿਹਾ ਜੇਕਰ ਮੇਰੇ ਹਲਕੇ ਦੇ ਲੋਕ ਮੈਨੂੰ ਕਹਿਣਗੇ ਤਾਂ ਮੈਂ ਆਪਣੀ ਵਿਧਾਨ ਸਭਾ ਤੋਂ MLA ਤੋਂ ਤੁਰੰਤ ਅਸਤੀਫਾ ਦੇ ਦਿਆਂਗਾ। ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ, ਗਲੋਬਲ ਪੰਜਾਬ TV। ਤੁਸੀਂ ਹੈਰਾਨ ਤਾਂ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਜੀ ਹਾਂ, ਦੁਨੀਆ ਬੜੀ ਤੇਜ਼ ਰਫ਼ਤਾਰ ਨਾਲ ਬਦਲ ਰਹੀ ਹੈ, ਤਾਂ ਫਿਰ ਸਾਡੀ ਖੇਤੀ ਕਿਉਂ ਨਾ ਬਦਲੇ? ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਹੁਤ ਜ਼ਰੂਰੀ ਹੈ ਆਧੁਨਿਕ ਜਾਣਕਾਰੀ ਅਤੇ ਤਕਨੀਕ ਨਾਲ ਜੁੜਨਾ। ਕੇਂਦਰ ਵੱਲੋਂ ਕਾਨੂੰਨ ਆਇਆ, ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਇੱਕ ਮਿੱਠੀ ਜ਼ਹਿਰ ਦਿੱਤੀ ਹੈ, ਅੱਜ ਆਪਾਂ ਨੂੰ ਇੱਕ ਦਿਖਾ ਰਹੇ ਨੇ। ਗਲੋਬਲ ਪੰਜਾਬ TV ਤੁਹਾਨੂੰ ਜੋੜੇਗਾ ਬਦਲਦੀ ਖੇਤੀ ਦੁਨੀਆ ਨਾਲ। ਤੁਸੀਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫੇਰ ਖੇਤਾਂ 'ਚ ਆ ਗਏ? ਖੇਤੀ ਪ੍ਰੋਗਰਾਮਾਂ ਦੇ ਤਜਰਬੇਕਾਰ ਅਮਰਜੀਤ ਸਿੰਘ ਵੜੈਚ ਦਾ ਵਿਸ਼ੇਸ਼ ਸ਼ੋਅ ਫਾਰਮ ਹਾਊਸ, ਹਰ ਐਤਵਾਰ 7:30 ਵਜੇ ET ਤੁਹਾਡੇ ਆਪਣੇ ਗਲੋਬਲ ਪੰਜਾਬ TV 'ਤੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ TV ਤੇ ਜਾਂ ਐਪਲ TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।